ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਸਾਂਭ ਸੰਭਾਲ ਤੇ ਭੰਡਾਰਨ ਲਈ ਖਰਚ ਕੀਤੇ ਜਾ ਰਹੇ ਲੱਖਾਂ ਰੁਪਏ ਵਿਅਰਥੀ ਜਾਪ ਰਹੇ ਹਨ, ਕਿਉਂਕਿ ਅਮਰਗੜ੍ਹ ਵਿਖੇ ਕਣਕ ਦੀ ਸਾਂਭ ਸੰਭਾਲ ਲਈ ਤੈਨਾਤ ਕੀਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਕਣਕ ਦਾ ਭਾਰ ਵਧਾਉਣ ਲਈ ਮੋਹਾਲੀ ਸੜਕ ਦੇ ਸਥਿਤ ਗੋਦਾਮਾਂ ਵਿੱਚ ਰੱਖੀਆਂ ਬੋਰੀਆਂ ਵਿੱਚ ਰਾਤ ਵੇਲੇ ਟਿਊਬਵੈਲ ਤੋਂ ਪਾਈਪ ਲਗਾ ਕੇ ਪਾਣੀ ਪਾਇਆ ਜਾਂਦਾ ਹੈ। ਇਸ ਮੌਕੇ ਤੇ ਜਦੋਂ ਮੀਡੀਆ ਕਰਮੀ ਪਹੁੰਚੇ ਤਾਂ ਪਾਣੀ ਪਾਉਣ ਵਾਲੇ 4 ਦੇ ਕਰੀਬ ਵਿਅਕਤੀ ਮੌਕਾ ਦੇ ਕੇ ਆਪਣੇ ਸਕੂਟਰ ਮੋਟਰਸਾਈਕਲ ਗੋਦਾਮ ਵਿੱਚ ਵਿਛਿਆ ਪਾਈਪ ਅਤੇ ਚੱਲਦਾ ਟਿਊਬਵੈਲ ਛੱਡ ਕੇ ਫਰਾਰ ਹੋ ਗਏ। ਕਣਕ ਵਿੱਚ ਪਾਣੀ ਪਾਉਣ ਦੀ ਘਟਨਾ ਸੰਬੰਧੀ ਮੌਕੇ ਤੇ ਹਾਜ਼ਰ ਚੌਕੀਦਾਰ ਨੂੰ ਜਦੋਂ ਪੁੱਛਣਾ ਚਾਹਿਆ ਤਾਂ ਉਸਨੇ ਸਵਾਲਾਂ ਦਾ ਜਵਾਬ ਦੇਣ ਤੋਂ ਟਲਦੇ ਹੋਏ ਉੱਥੋਂ ਜਾਣਾ ਹੀ ਬਿਹਤਰ ਸਮਝਿਆ। ਸੁਣੋ ਜੀ, ਮੈਂ ਇਹ ਗੱਲ ਨਹੀਂ ਮੈਂ ਤੋਂ ਬਣਾਉਂਦੇ ਨਹੀਂ, ਉਹ ਤਾਂ ਜੋ ਪਾਈਪ ਦਾ ਡੈਂਚ ਵੀ ਪੈ ਰਹੇ ਨੇ। ਇਸ ਸੰਬੰਧੀ ਜਦੋਂ ਜ਼ਿਲ੍ਹਾ ਖੁਰਾਕ ਦੇ ਸਪਲਾਈ ਕੰਟਰੋਲਰ ਅਧਿਕਾਰੀ ਐਸ ਦੇਵਗਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਾਂਚ ਦਾ ਹਵਾਲਾ ਦਿੰਦਿਆਂ ਜਲਦ ਕਾਰਵਾਈ ਦੀ ਗੱਲ ਆਖੀ। ਭੇਜ ਦਿਓ ਜੀ, ਮੈਂ ਜੀ ਇਨਕੁਆਇਰੀ ਕਰਾ ਲੈਂਦੇ ਆ। ਲੈ ਲੇਗਾ ਇਨਕੁਆਇਰੀ ਤੋਂ ਬਾਅਦ। ਦੇਖੋ ਪਹਿਲਾਂ ਇਨਕੁਆਇਰੀ ਕਰਾ ਲਈ, ਮੈਂ ਦੱਸ ਦਿੰਦੀ ਹਾਂ ਪਾਣੀ ਤਾਂ ਪਾਣਾ ਬਿਲਕੁਲ ਯੋਗ ਨਹੀਂ ਹੈ, ਬਟ ਫਿਰ ਵੀ ਇਨਕੁਆਇਰੀ ਹੋਵੇ। ਸਟਾਰ ਕੈਨੇਡਾ ਟੀਵੀ ਲਈ ਅਮਰਗੜ੍ਹ ਤੋਂ ਸੁਖਵਿੰਦਰ ਸਿੰਘ ਅਟਵਾਲ ਦੀ ਰਿਪੋਰਟ।